ਸਾਡੇ ਨਾਲ ਇਸ ਵਕਤ ਮੌਜੂਦ ਨੇ ਸੁਪਰੀ ਕੋਰਟ ਦੇ ਵਕੀਲ ਮੈਡਮ ਸੁਨਿਆਣਾ ਜੀ ਜੋ ਇੱਕ ਮਹਿਲਾ ਸਸ਼ਕਤੀਕਰਨ ਦੇ ਤੌਰ ਤੇ ਸਮਾਜ ਨੂੰ ਇੱਕ ਸੇਵ ਦੇ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵਕੀਲ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਸੁਨਿਆਣਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੀ ਹਾਂ ਬੇਸਿਕਲੀ ਇਸ profession ਨੂੰ ਮਾਧਿਅਮ ਬਣਾ ਕੇ ਮੀਡੀਅਮ ਬਣਾ ਕੇ ਆਸ-ਪਾਸੇ ਦੇ ਪਬਲਿਕ ਕਾਜ਼ਸ ਨੂੰ ਚੱਕ ਕੇ ਤੇ ਉਹਦੇ ਵਿੱਚ ਆਪਣਾ ਯੋਗਦਾਨ ਦੇ ਕੇ ਕੁਝ ਨਾ ਕੁਝ ਰਿਜ਼ਲਟ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੇ ਬੜ ਤੁਸੀਂ ਆਪਣੇ professionਲ ਜੁੜ ਕੇ ਕਿਸ ਤਰ੍ਹਾਂ ਦੇ ਮੁੱਦੇ ਹਾਈਲਾਈਟ ਕਰਦੇ ਹੋ ਜੀ ਅਸੀਂ ਸਟਾਰਟਿੰਗ ਕੀਤੀ ਸੀ ਜਦੋਂ ਮੈਟਰਸ ਆ ਰਹੇ ਸੀਗੇ ਮੀਡੀਆ ਦੇ ਵਿੱਚ ਕਿ ਜਿਹੜਾ ਆਪਣਾ ਕਗਰ ਦਰਿਆ ਹੈ ਉਸ ਦਰਿਆ ਦੇ ਵਿੱਚ ਗੰਦਗੀ ਸੁੱਟੀ ਜਾ ਰਹੀ ਸੀਗੀ ਉਹ ਆਪਾਂ ਨੇ ਮੈਟਰ ਸ਼ੁਰੂ ਕੀਤਾ ਸੀਗਾ ਜਿਹੜਾ ਇਹ ਕਗਰ ਦਰਿਆ ਆਪਣਾ ਸ਼ੁਰੂ ਹੋ ਜਾਂਦਾ ਹੈਗਾ ਚੰਡੀਗੜ੍ਹ ਤੋਂ ਜੀ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕਈ ਪਿੰਡਾਂ ਤੋਂ ਲੰਘ ਕੇ ਜੀ ਪਟਿਆਲਾ ਡਿਸਟ੍ਰਿਕਟ ਤੋਂ ਹੁੰਦੇ ਹੋਏ ਅੱਗੇ ਵੱਧਦਾ ਹੈ ਉੱਥੇ ਗੰਦਗੀ ਸੁੱਟੀ ਜਾ ਰਹੀ ਸੀ ਐਸਟੀਪੀਜ਼ ਇੰਸਟਾਲ ਨਹੀਂ ਸੀ ਕਿਤੇ ਗਏ ਟ੍ਰੀਟਮੈਂਟ ਨਹੀਂ ਸੀ ਪ੍ਰੋਪਰ ਹੋ ਰਿਹਾ ਤੇ ਅਸੀਂ ਇਸ ਮੈਟਰ ਦੇ ਵਿੱਚ ਪਹਿਲਾਂ ਨੋਟਿਸ ਭੇਜਿਆ ਫਿਰ ਉਸ ਤੋਂ ਬਾਅਦ ਚੋ ਇਹਦੀ ਅਰਜ਼ੀਕਾ ਦਾਇਰ ਕੀਤੀ ਮਾਨਯੋਗ ਐਨਜੀਟੀ ਦੇ ਵਿੱਚ ਤੇ ਉਹਦੇ ਵਿੱਚ ਡਾਇਰੈਕਸ਼ਨਸ ਕਰਵਾਈਆਂ ਜੀ ਫਿਰ ਇਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਆਪਣਾ ਜ਼ਿਰਖਪੁਰ ਬਨੂੜ ਔਰ ਰਾਜਪੁਰਾ ਬੈਲਟ ਹੈ ਇਹਦੇ ਵਿੱਚ ਘਰਾਂ ਦੇ ਵਿੱਚ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਸੀਗਾ ਜਿਸ ਕਰਕੇ ਬਿਮਾਰੀਆਂ ਫੈਲ ਰਹੀਆਂ ਸੀਗੀਆਂ ਇਸ ਮੁੱਦੇ ਨੂੰ ਵੀ ਅਸੀਂ ਚੱਕਿਆ ਤੇ ਯਾਚਿਕਾ ਦਾਇਰ ਕੀਤੀ ਤਾਂ ਡਾਇਰੈਕਸ਼ਨਸ ਕਰਵਾਈਆਂ ਕਿ ਘਰਾਂ ਦੇ ਵਿੱਚ ਸਾਫ਼ ਪਾਣੀ ਸਪਲਾਈ ਕੀਤਾ ਜਾਵੇ ਜੀ ਉਸ ਤੋਂ ਬਾਅਦ ਆਪਣੇ ਧਰਮ ਨਾਲ ਜੁੜਿਆ ਹੋਇਆ ਮੁੱਦਾ ਗੁਰਦੁਆਰਾ ਪਤਾਲਪੁਰ ਜੀ ਸਾਹਿਬ ਕਿਰਤਪੁਰ ਸਾਹਿਬ ਦੇ ਵਿੱਚ ਉਥੇ ਜਿਹੜਾ ਦਰਿਆ ਹੈਗਾ ਜਿੱਥੇ ਆਪਾਂ ਅਸਤੀਆਂ ਬਹਾਨੇ ਆ ਜੋ ਆਪਣਾ ਇੱਕ ਧਰਮ ਨਾਲ ਜੁੜੀ ਹੋਈ ਗੱਲ ਹੈਗੀ ਹੈ ਉਥੇ ਆਸ-ਪਾਸੇ ਦੇ ਪਿੰਡਾਂ ਦਾ ਗੰਦਗੀ ਉਸ ਪਾਣੀ ਦੇ ਵਿੱਚ ਆ ਰਹੀ ਸੀਗੀ ਤੇ ਇਹ ਇੱਕ ਸਾਡੇ ਧਰਮ ਨਾਲ ਖਿਲਵਾੜ ਸੀਗੀ ਸਾਡੀ ਐਡਮਿਨਿਸਟ੍ਰੇਸ਼ਨ ਇਸ ਦੇ ਵਿੱਚ ਇਸ ਦੇ ਵੱਲ ਧਿਆਨ ਨਹੀਂ ਸੀ ਦੇ ਰਹੀ ਤਾਂ ਇਸ ਮੈਟਰ ਨੂੰ ਵੀ ਟੇਕਨ ਅਪ ਕਰਕੇ ਮਾਨਯੋਗ ਐਨਜੀਟੀ ਦੇ ਵਿੱਚ ਲਿਜਾ ਕੇ ਅਸੀਂ ਡਾਇਰੈਕਸ਼ਨਸ ਕਰਵਾਈਆਂ ਕਿ ਇੱਥੇ ਪ੍ਰੋਪਰ ਟ੍ਰੀਟਡ ਪਾਣੀ ਜਿਹੜਾ ਹੈਗਾ ਉਹ ਉਥੇ ਸਪਲਾਈ ਹੋਣਾ ਚਾਹੀਦਾ ਹੈਗਾ ਉਥੇ ਬਿਲਕੁਲ ਸਾਫ ਸੁਥਰਾ ਪਾਣੀ ਹੋਣਾ ਚਾਹੀਦਾ ਹੈ ਜੀ ਔਰ ਸਕੂਲ ਸਿੱਖਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਥੇ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਜੀ ਜਿਹੜੀ ਇਹ ਮੈਟਰ ਦੀ ਤੁਸੀਂ ਗੱਲ ਕਰੀ ਹੈਗੀ ਇਹ ਸਾਡਾ ਮੈਟਰ ਸਟਾਰਟ ਹੋਇਆ ਸੀਗਾ ਕਰੋਨਾ ਟਾਈਮ ਦੇ ਵਿੱਚ ਜਦੋਂ ਸਾਰੀ ਦੁਨੀਆ ਘਰਾਂ ਦੇ ਵਿੱਚ ਵੜ ਕੇ ਬੈਠ ਗਈ ਸੀ ਜਦੋਂ ਲੋਕਾਂ ਦੇ ਘਰ ਸਿਰਫ ਖਾਣ ਲਈ ਹੀ ਪੈਸਾ ਸੀਗਾ ਉਹਨਾਂ ਦਾ ਵਕਤ ਗੁਜ਼ਾਰੇ ਲਈ ਪੈਸਾ ਸੀਗਾ ਉਦੋਂ ਪ੍ਰਾਈਵੇਟ ਸਕੂਲਾਂ ਨੇ ਮਾਪੇ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਪੇਰੈਂਟਸ ਨੂੰ ਕਿ ਉਹ ਪ੍ਰੋਪਰ ਫੀਸ ਦੇਣ ਜਦੋਂ ਕਿ ਨਾ ਤਾਂ ਉਹ ਸਕੂਲ ਜਾ ਰਹੇ ਸੀ ਨਾ ਤਾਂ ਉਹ ਕੁਝ ਵਰਤ ਰਹੇ ਸੀਗੇ ਨਾ ਉਹਨਾਂ ਨੂੰ ਉਸ ਤਰ੍ਹਾਂ ਦੀ ਪੜ੍ਹਾਈ ਮਿਲ ਰਹੀ ਸੀ ਜੋ ਪਹਿਲਾਂ ਕੋਵਿਡ ਤੋਂ ਮਿਲਦੀ ਹੁੰਦੀ ਸੀ ਤੇ ਪੂਰੀ ਫੀਸ ਮੰਗਨ ਕਰਕੇ ਵੀ ਉਹਨਾਂ ਨੂੰ ਤੰਗ ਕਰਿਆ ਜਾ ਰਿਹਾ ਸੀ ਇਹ ਮੈਟਰ ਨੂੰ ਵੀ ਅਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਸੀਗੇ ਅਸੀਂ ਪੇਰੈਂਟਸ ਦਾ ਪੱਖ ਰੱਖਿਆ ਸੀਗਾ ਉੱਥੇ ਦੂਜਾ ਰੀਸੈਂਟ ਮੁੱਦਾ ਜੋ ਅਸੀਂ ਚੱਕਿਆ 2013 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਇੱਕ ਸਕੀਮ ਲਾਂਚ ਕੀਤੀ ਸੀਗੀ ਸਕਾਲਰਸ਼ਿਪ ਸਕੀਮ ਸਰਕਾਰੀ ਸਕੂਲਾਂ ਦੇ ਵਿੱਚ ਦਸਵੀਂ ਦੇ ਵਿੱਚ 80% ਤੋਂ ਵੱਧ ਜਿਹੜੇ ਵਿਦਿਆਰਥੀ ਦੇ ਨੰਬਰ ਆ ਰਹੇ ਹੈਗੇ ਆ ਉਸ ਨੂੰ ਸਕਾਲਰਸ਼ਿਪ ਮਿਲਦੀ ਹੈ ਅਗਲੇ 2 ਸਾਲਾਂ ਵਾਸਤੇ ਪਰ ਮੰਥ ਉਹਨਾਂ ਨੂੰ ਇੱਕ ਅਮਾਉਂਟ ਮਿਲਣੀ ਚਾਹੀਦੀ ਹੈ ਪਰ ਇਸ ਦੇ ਇਹ ਵੀ ਪੰਜਾਬ ਸਰਕਾਰ ਨੇ ਇਹਦੇ ਤੇ ਵੀ ਕੁਝ ਕੰਮ ਨਹੀਂ ਕਰਿਆ ਤੇ ਹੁਣ ਅਸੀਂ ਪੀਆਈਐਲ ਫਾਈਲ ਕੀਤੀ ਹੈਗੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਟੇਟਸ ਰਿਪੋਰਟ ਫਾਈਲ ਕਰਨ ਲਈ ਗਵਰਨਮੈਂਟ ਨੂੰ ਕਿਹਾ ਜੀ ਠੀਕ ਹੈ اور ਮੈਡਮ ਇਹ ਦੱਸੋ ਕਿ ਮਹਿਲਾ ਸਸ਼ਕਤੀਕਰਨ ਨੂੰ ਤੁਸੀਂ ਕਿਵੇਂ ਉਤਸ਼ਾਹਿਤ ਕਰ ਰਹੇ ਹੋ ਜੀ ਜੀ ਜੇ ਗੱਲ ਕਰੀਏ ਔਮਨ ਏਮਪਾਵਰਮੈਂਟ ਦੀ ਤਾਂ ਆਪਾਂ ਆਸ-ਪਾਸੇ ਦੇਖ ਰਹੇ ਹੈਗੇ ਵਿਮਨ ਏਮਪਾਵਰਮੈਂਟ ਹਰ ਜਗ੍ਹਾ ਹੈ ਅੱਜ ਕੱਲ ਕਿਹੜਾ ਖੇਤਰ ਹੈ ਜਿਹਦੇ ਵਿੱਚ ਕੁੜੀਆਂ ਅੱਗੇ ਨਹੀਂ ਹੈਗੀਆਂ ਤਾਂ ਇਸ ਦੇ ਵਿੱਚ ਬੇਸਿਕਲੀ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਇਹ ਜਿਹੜੀ ਮੋਟੀਵੇਸ਼ਨ ਮਿਲਦੀ ਉਹ ਮੇਰੇ ਫਾਦਰ ਸਾਹਿਬ ਤੋਂ ਮਿਲਦੀ ਹੈ ਉਹ ਸੋਸ਼ਲ ਐਕਟਿਵਿਸਟ ਨੇ ਤੇ ਇਹਦੇ ਵਿੱਚ ਅਪਰ ਸਟਾਰਟ ਕਰਿਆ ਸੀਗਾ ਕਿ ਲੇਡੀ ਕਾਉਂਸਲਰਸ ਨੇ ਜਿਹੜੀਆਂ ਆਪਣੇ ਨਗਰ ਕਾਉਂਸਲਸ ਦੇ ਵਿੱਚ ਉਹਨਾਂ ਦੇ ਪ੍ਰੌਕਸੀ ਅੱਗੇ ਜਿਹੜੇ ਉਹਨਾਂ ਦੇ ਹਸਬੰਡ ਹੋਣ ਉਹਨਾਂ ਦੇ ਫਾਦਰ ਇਨ ਲਾ ਹੋਣ ਉਹਨਾਂ ਦੇ ਬ੍ਰਦਰ ਹੋਣ ਕੋਈ ਵੀ ਹੈਗੇ ਆ ਉਹ ਮੀਟਿੰਗਸ ਅਟੈਂਡ ਕਰਦੇ ਹੁੰਦੇ ਸੀ ਰਾਦਰ ਦੈਨ ਉਹ ਜਿਹੜੇ ਇਲੈਕਟਿਡ ਲੇਡੀਜ਼ ਨੇ ਤੇ ਉਹਦੇ ਵਿੱਚ ਵੀ ਅਸੀਂ ਮੈਟਰ ਚੱਕਿਆ ਸੀਗਾ ਕਿ ਉਹੀ ਉਹ ਕਿਉਂ ਨਹੀਂ ਆਂਦੀਆਂ ਹੈਗੀਆਂ ਉਹਨਾਂ ਨੂੰ ਅੱਗੇ ਕਿਉਂ ਨਹੀਂ ਕਰਿਆ ਜਾਂਦਾ ਹੈਗਾ ਤੇ ਹੁਣ ਰੀਸੈਂਟ ਮੁੱਦਾ ਜਿਹੜਾ ਚੱਕਿਆ ਗਿਆ ਹੈਗਾ ਮੇਰੇ ਵੱਲੋਂ ਉਹੀ ਹੈ ਕਿ ਐਡਵੋਕੇਟ ਜਨਰਲ ਪੰਜਾਬ ਦੇ ਆਫਿਸ ਦੇ ਵਿੱਚ ਪੋਸਟਾਂ ਕੱਡੀਆਂ ਸੀ ਇਹਨਾਂ ਨੇ ਸਰਕਾਰੀ ਵਕੀਲਾਂ ਲਈ ਜਿਦੇ ਵਿੱਚ ਰਿਜ਼ਰਵਡ ਕੈਟਾਗਰੀ ਨੂੰ ਜਿਹੜਾ ਹੈਗਾ ਉਹ ਉਦ ਵਿੱਚ ਉਹਨਾਂ ਨੇ ਪੋਸਟਾਂ ਰਿਜ਼ਰਵਡ ਕੈਟਾਗਰੀ ਲਈ ਰੱਖਤੀਆਂ ਪਰ ਵਿਮਨ ਹੈ ਵਿਮਨ ਲਈ ਰਿਜ਼ਰਵ ਨਹੀਂ ਕੀਤੀਆਂ ਜਦੋਂ ਕਿ 33% ਵਿਮਨ ਲਈ ਸੀਟਾਂ ਰਿਜ਼ਰਵ ਹੋਣੀ ਬਹੁਤ ਜ਼ਰੂਰੀ ਹੈ ਤੇ ਇਹ ਮੈਟਰ ਵੀ ਹੁਣ ਅਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਹਾਂ ਜਿਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਆਪਣਾ ਜਵਾਬ ਦਾਵਾ ਪੇਸ਼ ਕਰਨ ਲਈ ਕਿਹਾ ਸ਼ੁਕਰੀਆ ਜੀ ਪੁਆਇੰਟ ਨਿਊਜ਼ ਲਈ ਬਨੂਰ ਤੋਂ ਕੁਲਦੀਪ ਸਿੰਘ